ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਲਈ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਹਾਂ। ਸੋ ਇਹ ਤੁਸੀਂ ਹਲਕੇ ਫੁਲਕੇ ਡਿਜ਼ਾਈਨ ਹੈ ਜੀ, ਫੋਰਮਲ ਵੀਅਰ ਵੀ ਪਹਿਨ ਸਕਦੇ ਹੋ, ਛੋਟੇ ਮੋਟੇ ਫੰਕਸ਼ਨਾਂ ਲਈ ਵੀ ਤੁਸੀਂ ਇਹ ਸੂਟ ਆ ਜਿਹੜੇ ਬਣਵਾ ਸਕਦੇ ਹੋ। ਸੋ ਕਲਰ ਚੋਇਸ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਜੀ, ਵਰਕ ਸਾਡੇ ਅਕੋਰਡਿੰਗ ਹੋਊਗਾ ਜਦੋਂ ਜੋ ਵੀ ਤੁਸੀਂ ਦੱਸੋਗੇ, ਔਰ ਉਹਦੇ 'ਤੇ ਜੋ ਵੀ ਕਲਰ ਲਾਉਣਾ ਉਹ ਅਸੀਂ ਆਪਣੀ ਚੋਇਸ 'ਤੇ ਲਾਉਂਦੇ ਹਾਂ, ਕਿਉਂਕਿ ਅਸੀਂ ਡੇਲੀ ਸੂਟ ਬਣਾਉਂਦੇ ਹਾਂ ਜੀ। ਸਾਨੂੰ ਪਤਾ ਹੁੰਦਾ ਕਿ ਕਿਹੜੇ ਕਲਰ 'ਤੇ ਫਲਾਰ ਦਾ ਕਲਰ ਕਿਹੜਾ ਜਾਊਗਾ, ਜਾਂ ਤੁਸੀਂ ਜੇ ਔਡਰ ਕਰਦੇ ਹੋ ਤੁਸੀਂ ਦੇਖਿਆ ਹੋਇਆ ਹੁੰਦਾ, ਤੁਸੀਂ ਡਾਰਕ ਸ਼ੇਡ 'ਤੇ ਜੇ ਉਹਨੂੰ ਬਣਾਉਂਦੇ ਹੋ ਤਾਂ ਉਹ ਫਲਾਰ ਦਾ ਸ਼ੇਡ ਆ ਜਿਹੜਾ ਅਸੀਂ ਕਿਹੜਾ ਲਾਉਣਾ। ਸੋ ਪਲੀਜ਼ ਇਹ ਜਿਹੜੀ ਕੋਈ ਵੀ ਗੱਲ ਹੈਗੀ ਹੈ ਕਲਰਸ ਦੀ ਹੈ ਉਹਦੇ ਵਿੱਚ ਜ਼ਿਆਦਾ, ਉਹ ਪਲੀਜ਼ ਸਾਡੇ 'ਤੇ ਛੱਡਿਆ ਕਰੋ, ਕਿਉਂਕਿ ਅਸੀਂ ਫਿਰ ਹੀ ਤੁਹਾਡਾ ਸੂਟ ਆ ਜਿਹੜਾ ਵਧੀਆ ਬਣਾ ਸਕਦੇ ਹਾਂ। ਜਿਵੇਂ ਦੇਖ ਸਕਦੇ ਹੋ ਕ੍ਰੀਮ ਕਲਰ ਦਾ ਸੂਟ ਹੈ ਜੀ, ਔਰ ਮਕੈਸ਼ ਵਿਦ ਸਿੰਗਲ ਟਾਂਕੇ ਦੀ ਐਮਬਰੋਇਡਰੀ ਹੈ, ਸਾਈਡ 'ਤੇ ਦੋਨੋਂ ਸਾਈਡ 'ਤੇ ਪੈਨਲ ਜਾਂਦਾ ਹੈਗਾ ਜੀ, ਇਸ ਤਰ੍ਹਾਂ ਗਲੇ ਦੇ ਉੱਪਰ ਦਿੱਤਾ ਹੋਇਆ, ਇਸ ਤਰ੍ਹਾਂ ਆਪਣਾ ਬਾਜੂ ਦਾ ਹੈਗਾ। ਬਹੁਤ ਹੀ ਪਿਆਰਾ ਜਿਹਾ ਹਲਕਾ ਫੁਲਕਾ ਜਿਹਾ ਇਹ ਸੂਟ ਹੈ ਜੀ। ਇਸ ਤਰ੍ਹਾਂ ਇਹਦੇ ਆਪਾਂ ਨੀਚੇ ਚੌੜੀ ਪੱਟੀ ਲਗਾ ਕੇ ਇਹਨੂੰ ਫਿਨਿਸ਼ ਕੀਤਾ ਹੋਇਆ। ਸੋ ਬਾਜੂ 'ਤੇ ਬੋਟਮ 'ਤੇ ਆਪਾਂ ਕਸਟਮਰ ਦੀ ਅਕੋਰਡਿੰਗ ਆਪਾਂ ਵਰਕ ਕੀਤਾ ਹੋਇਆ, ਉਹਨਾਂ ਨੂੰ ਇੰਨਾ ਕੁ ਵਰਕ ਇਹਦੇ 'ਤੇ ਵੀ ਚਾਹੀਦਾ ਸੀਗਾ। ਸੋ ਦੁਪੱਟਾ ਚਨੌਨ ਦਾ ਜੀ, ਬਹੁਤ ਹੀ ਹਲਕਾ ਫੁਲਕਾ ਟਾਈ ਡਾਈ ਕੀਤਾ ਹੋਇਆ, ਸੋ ਬਹੁਤ ਹੀ ਗ੍ਰੇਸਫੁਲ ਜਿਹਾ ਸੂਟ ਬਣਿਆ ਹੈਗਾ। ਸੋ ਇਹ ਤੁਹਾਡੇ ਇੱਕ ਛੋਟੇ ਫੰਕਸ਼ਨ ਲਈ ਤੁਸੀਂ ਇਹਨੂੰ ਵੀਅਰ ਕਰ ਸਕਦੇ ਹੋ, ਜਿਵੇਂ ਬਰਥਡੇ ਪਾਰਟੀਜ਼ ਵਗੈਰਾ, ਛੋਟੀਆਂ ਮੋਟੀਆਂ ਪਾਰਟੀਜ਼ ਲਈ ਤੁਸੀਂ ਇਹਨਾਂ ਨੂੰ ਵੀਅਰ ਕਰ ਸਕਦੇ ਹੋ। ਸੋ ਇਹ ਬਹੁਤ ਹੀ ਪਿਆਰੀ ਚੀਜ਼ ਬਣੀ ਹੈ ਜੀ। ਨੈਕਸਟ ਹੈਗਾ ਜੀ ਗ੍ਰੇ ਕਲਰ ਦੇ ਉੱਪਰ, ਜਿਵੇਂ ਕਿ ਸਾਡੇ ਲਈ, ਸਾਡੇ ਤੋਂ ਆਮ ਤੌਰ 'ਤੇ ਇਹੀ ਸ਼ਿਕਾਇਤ ਹੁੰਦੀ ਹੈ ਜੀ ਕਿ ਤੁਸੀਂ ਜਿਹੜਾ ਮੰਮੀਆਂ ਲਈ ਸੂਟ ਸਾਡੇ ਕੋਲ ਘੱਟ ਹੁੰਦੇ ਆ, ਕਿਉਂਕਿ ਹਲਕੇ ਫੁਲਕੇ ਉਹ ਚਾਹੁੰਦੇ ਹੁੰਦੇ ਆ, ਸਾਡੇ ਸੂਟ ਥੋੜ੍ਹੇ ਜਿਹੇ ਹੈਵੀ ਹੁੰਦੇ ਆ। ਸੋ ਅੱਜ ਵਾਲੇ ਸੂਟ ਆ ਜਿਹੜੇ ਮੈਨੂੰ ਲੱਗਦਾ ਕਿ ਉਹ ਲੇਡੀਜ਼ ਲੁੱਕ ਹੈਗੇ ਆ, ਕਿਉਂਕਿ ਤੁਸੀਂ ਥੋੜ੍ਹਾ ਜਿਹਾ ਪਾਰਟੀ ਵੀਅਰ ਚਾਹੁੰਦੇ ਹੋ ਔਰ ਵਰਕ ਵੀ ਚਾਹੁੰਦੇ ਹੋ ਔਰ ਸੋਬਰ ਵੀ ਚਾਹੁੰਦੇ ਹਾਂ। ਸੋ ਆਪਾਂ ਉਸ ਤਰ੍ਹਾਂ ਦੇ ਸੂਟਸ ਲੈ ਕੇ ਆਏ ਹੈਗੇ ਹਾਂ। ਇਹ ਦੇਖੋ ਜੀ ਥਰੈਡ ਐਮਬਰਾਇਡਰੀ ਦਾ ਸੂਟ ਹੈਗਾ ਜੀ, ਬਹੁਤ ਹੀ ਪਿਆਰੇ ਜੀ ਅਸੀਂ ਸੋਬਰ ਜਿਹੇ ਸ਼ੇਡ ਦਿੱਤੇ ਹੋਏ ਆ। ਇਸ ਤਰ੍ਹਾਂ ਬਾਜੂ 'ਤੇ ਵਰਕ ਹੈਗਾ, ਇਹ ਉਹਨਾਂ ਨੇ ਸਪੈਸ਼ਲੀ ਪਿਓਰ 'ਤੇ ਬਣਾਇਆ ਜੀ, ਤੁਸੀਂ ਸੈਮੀ 'ਤੇ, ਮੈਂ ਆਪਾਂ ਪ੍ਰਾਈਜ਼ ਦੱਸਾਂਗੇ ਤੁਹਾਨੂੰ। ਇਸ ਤਰ੍ਹਾਂ ਬੋਟਮ 'ਤੇ ਵਰਕ ਹੈਗਾ, ਇੱਕ ਸੈਂਟਰ 'ਚ ਫਲਾਰ ਜੀ ਉੱਪਰ ਹੈ, ਔਰ ਇਸ ਤਰ੍ਹਾਂ ਟਾਈ ਡਾਈ ਕਰਕੇ ਆਪਾਂ ਦੁਪੱਟਾ ਦਿੱਤਾ ਹੋਇਆ। ਸੋ ਬਹੁਤ ਹੀ ਪਿਆਰਾ ਇਹ ਲੁੱਕ ਹੈ ਜੀ, ਕਿਉਂਕਿ ਸਾਰੇ ਜਿਵੇਂ ਕਈ ਹੁੰਦੇ ਆ ਕਿ ਕਈਆਂ ਨੂੰ ਲੱਗਦਾ ਕਿ ਟਾਈ ਡਾਈ ਦੁਪੱਟੇ ਨਾ ਆਉਣ, ਪਰ ਜੀ ਮੈਨੂੰ ਲੱਗਦਾ ਕਿ ਗ੍ਰੇਸ ਆ ਜਿਹੜੀ, ਤੁਸੀਂ ਅਗਰ ਜਿਸ ਤਰ੍ਹਾਂ ਦਾ ਵੀ ਸੂਟ ਹੁੰਦਾ, ਆਪਾਂ ਜ਼ਿਆਦਾ ਫੋਰਮਲ ਦੇ ਵਿੱਚ ਟਾਈ ਡਾਈ ਨਹੀਂ ਕਰ ਸਕਦੇ, ਸੋ ਥੋੜ੍ਹਾ ਸੈਮੀ ਫੋਰਮਲ ਦੇ ਵਿੱਚ ਟਾਈ ਡਾਈ ਕਰ ਸਕਦੇ ਹਾਂ। ਸੋ ਆਪਾਂ ਉਹਨਾਂ ਨੂੰ ਟਾਈ ਡਾਈ ਹੀ ਬਣਾਉਣੇ ਆ, ਔਰ ਇਹ ਸੂਟ ਹੈ ਜੀ ਆਪਣਾ ਬਹੁਤ ਹੀ ਜ਼ਿਆਦਾ ਸੇਲ ਹੋਇਆ, ਔਰ ਉਹ ਹੈਵੀ ਦੁਪੱਟੇ ਨਾਲ ਹੁੰਦਾ ਸੀਗਾ, ਇਸ ਵਾਰੀ ਆਪਾਂ ਹਲਕੇ ਦੁਪੱਟੇ ਨਾਲ ਕੀਤਾ ਹੈਗਾ, ਸਿੰਪਲ ਦੁਪੱਟੇ ਨਾਲ, ਚਨੌਨ ਦੁਪੱਟੇ ਨਾਲ ਆਪਾਂ ਇਹ ਸੂਟ ਰੈਡੀ ਕੀਤਾ ਹੈਗਾ। ਸੋ ਕੋਈ ਵੀ ਸੂਟ ਆ ਜੀ, ਅਗਰ ਤੁਸੀਂ ਕੋਈ ਤੁਹਾਡੀ ਏਜ ਜ਼ਿਆਦਾ ਹੈਗੀ ਆ ਤਾਂ ਤੁਸੀਂ ਕੱਟ ਕਰਨਾ, ਕੋਈ ਵੀ ਡਿਜ਼ਾਈਨ ਆਪਾਂ ਕੱਟ ਕੇ ਬਣਾ ਸਕਦੇ ਹਾਂ। ਸੋ ਜਿਵੇਂ ਇਹਨਾਂ ਨੇ ਕੀਤਾ ਹੈਗਾ, ਇਹ ਹੈਵੀ ਦੁਪੱਟੇ ਨਾਲ ਸੀ ਜੀ, ਬਹੁਤ ਹੀ ਪਿਆਰਾ ਵਰਕ ਹੈ, ਆਰੀ ਵਰਕ ਹੈ, ਜੋਰਜਟ ਦਾ ਸਟੱਫ ਹੈ ਜੀ, ਇਸ ਤਰ੍ਹਾਂ ਫਿਨਿਸ਼ ਕੀਤਾ ਹੋਇਆ, ਇਸ ਤਰ੍ਹਾਂ ਹੋਇਆ ਹੋਇਆ, ਔਰ ਇਹਦੇ ਨਾਲ ਬੋਟਮ 'ਤੇ ਆਪਾਂ ਇਸ ਤਰ੍ਹਾਂ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ, ਔਰ ਦੁਪੱਟਾ ਹੈਗਾ ਜਿਹੜਾ ਚਨੌਨ।
ਸੋ ਇਹ ਵੀ ਇੱਕ ਆਮ ਏਜ ਲੇਡੀ ਲਈ ਸੂਟ ਤੁਸੀਂ ਬਣਾ ਸਕਦੇ ਹੋ, ਆਪਣੀਆਂ ਮੰਮੀਆਂ ਲਈ ਆਰਡਰ ਕਰ ਸਕਦੇ ਹੋ। ਸੋ ਅੱਜ ਮੈਨੂੰ ਲੱਗਦਾ ਤੁਹਾਨੂੰ ਸਾਰੇ ਸੂਟ ਆ ਜਿਹੜੇ ਜ਼ਰੂਰ ਪਸੰਦ ਆਏ ਹੋਣਗੇ, ਕਿਉਂਕਿ ਆਪਾਂ ਥੋੜ੍ਹੇ ਠੀਕ ਜਿਹੇ ਸੂਟ ਨੂੰ ਇੱਕ ਕੈਟਾਗਰੀ 'ਚ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਏ ਹੈਗੇ ਆ। ਸੋ ਮੈਨੂੰ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਉਣਗੇ, ਔਰ ਅੱਗੇ ਅਗਰ ਤੁਹਾਡਾ ਆਰਡਰ ਹੈਗਾ ਤਾਂ ਤੁਸੀਂ ਵਿੱਚ ਐਡ ਔਨ ਕਰਾ ਸਕਦੇ ਹੋ ਜੀ। ਸੋ ਆਪਣੇ ਜਿਹੜੇ ਆਰਡਰ ਆ ਜੀ, ਟਾਈਮ ਟੂ ਟਾਈਮ ਹੈ। ਅਗਰ ਤੁਸੀਂ ਕਈ ਵਾਰ ਕੀ ਹੁੰਦਾ ਕਿ ਤੁਸੀਂ ਆਰਡਰ ਦਿੱਤਾ ਹੋਇਆ ਹੁੰਦਾ, ਉਹਦੇ ਵਿੱਚ ਤੁਸੀਂ ਦੋ ਸੂਟ ਹੋਰ ਐਡ ਕਰ ਦਿੰਦੇ ਹੋ, ਫਿਰ ਇੱਕ ਸੂਟ ਹੋਰ ਐਡ ਕਰ ਸਕ ਐਡ ਕਰ ਦਿੰਦੇ ਹੋ ਤੁਸੀਂ। ਸੋ ਉਹਦੇ ਲਈ ਫਿਰ ਜਿਹੜਾ ਟਾਈਮਿੰਗ ਪੀਰੀਅਡ ਆ ਥੋੜ੍ਹਾ ਵੱਧ ਜਾਂਦਾ ਹੈਗਾ। ਐਂਡ ਔਰ ਜੋ ਵੀ ਤੁਸੀਂ ਜੇ ਆਰਡਰ ਕਰਨਾ ਜੀ, 4 ਤੋਂ 5 ਸੂਟ ਆਰਡਰ ਕਰਨੇ ਆ ਤਾਂ 25 ਡੇਜ਼ ਮਿਨੀਮਮ ਤੁਸੀਂ ਰੱਖ ਕੇ ਚੱਲੋ। ਅਗਰ ਇੱਕ ਸੂਟ ਆਰਡਰ ਕਰਦੇ ਹੋ ਤਾਂ 1 ਵੀਕ ਦੇ ਵਿੱਚ ਤੁਹਾਡਾ ਹੋ ਜਾਏਗਾ। ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਇਨਿੰਗ ਸ਼ੇਅਰ ਕਰਦੇ ਰਹਾਂਗੇ। ਸੋ ਬਣੇ ਰਹੇ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।